ਇਹ ਅਚਾਨਕ ਬਣਦੇ ਪਤਾ ਕਿ ਦੂਸਰੇ ਸਾਡੇ ਗਰੁੱਪ 'ਚ ਜਿਹੜੇ ਬੰਦੇ ਹੈਗੇ ਆ ਦੇਖੋ ਪਾਣੀ ਪੂਰਾ ਹੀ ਆਇਆ ਹੋਇਆ ਹੋਣਾ ਬਹੁਤ ਉੱਪਰ ਪੂਰਾ ਟੈਂਪਲ ਦੇਖਦਾ ਨਹੀਂ ਪਿਆ ਇਸ ਟਾਈਮ ਤਾਂ ਮੈਂ ਉਹਨਾਂ ਨੂੰ ਕਿਹਾ ਸੀ ਮੈਂ ਕਿਹਾ ਇੱਕ ਨਿਕਲੂਗੇ ਨਾ ਰਸਤੇ 'ਚ ਮਿਲ ਜਾਂਦਾ ਕੋਈ ਨਾ ਕੋਈ ਪਹਿਲੂ ਪਲਾਨ ਕਰਦੇ ਬੜਾ ਤਗੜਾ ਇੱਥੇ ਤੱਕ ਵੀ ਆ ਜਾਂਦਾ ਹੋਣਾ ਪਾਣੀ ਆਰਾਮ ਨਾਲ ਹਨਾ ਤਾਂ ਹੀ ਪਿੰਡ ਦਾ ਉਹ ਸੜਕ ਬਣਾਈ ਨਾ ਸੀਮੈਂਟ ਵਾਲੀ ਵੀ ਜੇ ਆ ਵੀ ਜਾਵੇ ਲੋਕ ਆ ਜਾਂਦੇ ਆ ਉਹ ਟਰੈਕਟਰ ਟੁੱਟਰ ਲੈ ਕੇ ਮਾੜਾ ਮੋਟਾ ਆਹ ਸਹੀ ਆ ਜਗ੍ਹਾ ਜਿਹੜਾ ਉਹ ਜਗ੍ਹਾ ਨਾ ਚਿੰਤਪੁਰਨੀ ਤੋਂ ਅੱਗੇ ਜਦੋਂ ਆਪਾਂ ਗਏ ਹਾਂ ਉੱਥੇ ਪੱਥਰ ਆ ਜਾਂਦਾ ਸਾਫ਼ ਹੋਏ ਪਏ ਆ ਬੰਦਾ ਬੈਠ ਵੀ ਸਕਦਾ ਇੱਕ ਹੈਗਾ ਉੱਥੇ ਵਾਈਲਡ ਲਾਈਫ ਸੈਂਚੁਰੀ ਇਹਦਾ ਧਿਆਨ ਰੱਖਣਾ ਪੈਂਦਾ ਕਿਤੇ ਕਚਰਾ ਆਇਆ ਹੋਇਆ ਬਹੁਤ ਜ਼ਿਆਦਾ ਗੱਡੀ ਲੈ ਕੇ ਨਾ ਪਿੱਛੇ ਘੁੰਮਾ ਕੇ ਲੈ ਜਾਂਦੇ ਉੱਧਰ ਉਹ ਸਾਈਡ 'ਤੇ ਕਈ ਵਾਰ ਬਿਲਕੁਲ ਪਾਣੀ ਨੇੜੇ ਜ਼ਿਆਦਾ ਆਇਆ ਹੁੰਦਾ ਛੋਟੇ ਹੁੰਦੇ ਆਪਾਂ ਜੇ ਕਿਸ਼ਤੀ ਚਲਾਉਂਦੇ ਹੁੰਦੇ ਸੀ ਚੱਪਲ ਨਹੀਂ ਹੁੰਦੀ ਸੀ ਕੱਟ ਕੇ ਚੱਪਲ ਦੇ ਰਬੜ ਪਾ ਕੇ ਨਾ ਸਾਡੇ ਪਿਛਲੇ ਪਲਾਟ 'ਚ ਜਮ੍ਹਾਂ ਹੋ ਜਾਂਦਾ ਸੀ ਜਿੱਥੇ ਮਿੱਟੀ ਕੱਢਦੇ ਹੁੰਦੇ ਸੀ ਲੈਂਡ ਬਾਲਿਆਂ ਵਾਲੀ ਸ਼ਰਤ ਹੁੰਦੀ ਸੀ ਉਦੋਂ